ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹਿਸਰੋ ਤੈਨ ਪਿਆਰ ਭਰੇ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੇ ਪਹਿਲੇ ਵੱਡੀ ਖਬਰ ਦੇ ਵੱਲ ਦਿਵਾਲੀ ਤੇ ਸਰਕਾਰ ਦਾ ਵੱਡਾ ਤੋਹਫਾ ਪੈਟਰੋਲ 5 ਰੁਪਏ ਹੋ ਸਕਦਾ ਹੈ ਸਸਤਾ ਪੈਟਰੋਲੀਅਮ ਮੰਤਰੀ ਹਰਦੇਵ ਸੰਘਾਪੁਰੀ ਨੇ ਇੱਕ ਵਾਰ ਫਿਰ ਆਮ ਲੋਕਾਂ ਨੂੰ ਵੱਡੀ ਆਸ ਬੱਝਿਆ ਜੀ ਹਾਂ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਦੀ ਕੀਮਤ ਵਿੱਚ 5 ਰੁਪਏ ਤੱਕ ਦੀ ਕਮੀ ਦੇਖਣ ਨੂੰ ਮਿਲ ਸਕਦੀ ਹੈ ਉੱਥੇ ਦੇਖਦੇ ਵਿੱਚ ਡੀਜ਼ਲ 2 ਰੁਪਏ ਪ੍ਰਤੀ ਲੀਟਰ ਤੱਕ ਸਸਤਾ ਹੋ ਸਕਦਾ ਹੈ ਪੈਟਰੋਲੀਅਮ ਮੰਤਰੀ ਨੇ ਖੁਦ ਆਪਣੇ ਐਕਸਾ ਹੈਂਡਲ ਦੇ ਰਾਹੀਂ ਇਹ ਸੰਕੇਤ ਦਿੱਤਾ ਹੈ ਪਿਛਲੀ ਵਾਰ ਮਾਰਚ ਆ ਮਹੀਨੇ ਦੇ ਵਿੱਚ ਪੈਟਰੋਲਾ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕੀਤੀ ਗਈ ਸੀ ਹਾਲਾਂਕਿ ਮੌਜੂਦਾ ਸਮੇਂ ਦੇ ਵਿੱਚ ਕੱਚੇ ਤੇਲ ਦੀ ਕੀਮਤਾਂ 71 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ ਦੇ ਵੱਲੋਂ ਦਿਵਾਲੀ ਤੋਹਫਾ ਲੱਖਾਂ ਪੈਨਸ਼ਨਰਾਂ ਨੂੰ ਮਿਲੇਗਾ 53 ਫੀਸਦੀ ਮਹਿੰਗਾਈ ਰਾਹਤ ਪੈਨਸ਼ਨ ਦੇ ਵੱਧੇ ਰਾਸ਼ੀ ਕੇਂਦਰੀ ਸਰਕਾਰ ਨੇ ਦੇਹਦ ਲੱਖਾਂ ਪੈਨਸ਼ਨਰਾਂ ਨੂੰ ਦਿਵਾਲੀ ਦਾ ਵੱਡਾ ਤੋਹਫਾ ਦਿੱਤਾ ਜਿਸ ਦੇ ਨਾਲ ਆਮ ਜਨਤਾ ਤੇ ਕਰਮਚਾਰੀਆਂ ਦੇ ਚਿਹਰਿਆਂ ਦੇ ਉੱਪਰ ਖੁਸ਼ੀ ਵੇਖਣ ਨੂੰ ਮਿਲ ਪਾਰੀ ਆ ਦਰਸਲ ਸਰਕਾਰ ਨੇ ਬਦਦਵਾਰ ਨੂੰ ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ ਦੇ ਵਾਧੂ ਕੈਸ਼ ਤਾਂ ਦੇਣ ਦਾ ਹੁਕਮ ਜਾਰੀ ਕੀਤਾ ਗਿਆ ਦੱਸਦੀ ਹੈ ਕਿ 16 ਅਕਤੂਬਰ ਨੂੰ ਕੇਂਦਰੀ ਮੰਤਰੀ ਮੰਡਲ ਨੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੇ ਨਾਮ ਨਾਲ ਪੈਨਸ਼ਨਰਾਂ ਨੂੰ 3% ਦੀ ਮਹਿੰਗਾਈ ਪੱਤੇ ਡੀਏ ਅਤੇ ਮੰਗਾਈ ਰਹਾਤਾ ਡੀਆਰ ਦੇ ਬਾਧੂ ਕੈਸਤ ਨੂੰ ਮਨਜ਼ੂਰੀ ਦਿੱਤੀ ਗਈ ਸੀ ਇਹ ਬਾਧਾ 1 ਜੁਲਾਈ 2024 ਤੋਂ ਲਾਗੂ ਕੀਤਾ ਗਿਆ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੋ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਮੰਡਗਾਰੇ ਬਾਚਾ ਰੌਲ ਰਹੇ ਨੇ ਕਿ ਕਿਸਾਨ ਪਰ ਕੀਰਵਾਲ ਨੂੰ ਦਿਵਾਲੀ ਦੀਆਂ ਵਧਾਈਆਂ ਦੇਣ ਪਹੁੰਚੇ ਪੰਜਾਬ ਦੇ ਵੱਡੇ ਲੀਡਰ ਡ੍ਰੈਗਨ ਫਰੂਟ ਆ ਕਿਤੇ ਗਿਫਟ ਪੰਜਾਬ વિધાનસભા ਦੇ ਸਪੀਕਰ ਕੁਲਤਾਰ ਸੰਘਾ ਅਸੰਦਮਾ ਤੇ ਵਿੱਤ ਮੰਤਰੀ ਹਰਪਾਲ ਸੰਘਾ ਚੀਮਾ ਨੇ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦਾ ਕੀਰਵਾਲ ਦੇ ਨਾਲ ਮੁਲਾਕਾਤ ਕੀਤੀ ਆ ਉਹਨਾਂ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਪੋਸਟ ਕਰਕੇ ਦਿੱਤੀ ਆ ਚੀਮਾ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਉਹ ਦਿੱਲੀ ਵਿੱਚ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਰੀਬਾਲ ਨੂੰ ਮਿਲਿਆ ਤੇ ਉਹਨਾਂ ਨੂੰ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਉਹਨਾਂ ਨੂੰ ਆਪਣੇ ਵਿਧਾਨ ਸਭਾ ਹਲਕੇ ਦੇ ਪੈਂਡਾ ਰੋਗਲਾ ਦੇ ਆਗਾਮ ਵਦੂਆ ਤੇ ਨਵੇਂ ਯੁੱਗ ਦੇ ਕਿਸਾਨ ਬਲਵਿੰਦਰ ਸਿੰਘ ਦੇ ਵੱਲੋਂ ਔਗਾਇਆ ਗਿਆ ਤੇ ਤਾਜ਼ੇ ਅਤੇ ਸੁੰਦਰ ਡ੍ਰੈਗਨ ਫਾਲਾ ਪੇਂਟ ਕੀਤਾ ਗਿਆ ਤਸ ਦੇ ਨਾਲ ਵਿਧਾਨ ਸਭਾ ਸਪੀਕਰ ਨੇ ਮਨੀਸ਼ ਸਸੂਦੀਆ ਦੇ ਨਾਲ ਵੀ ਮੁਲਾਕਾਤ ਕੀਤੀ ਆ ਉਧਰ ਕਿ ਕਿਸਾਨ ਜੱਟ ਬੰਗਾਂ ਤੇ ਕਿਸਾਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਨਾਲ ਨਿਰਾਸ਼ਨ ਕਿਉਂਕਿ ਮੰਡੀਆਂ ਦੇ ਵਿੱਚ ਝੋਨੇ ਦੇ ਫਸਲਾਂ ਰੋਲਰੀਆ ਜੋ ਕਿ ਲੈਫਟਿੰਗ ਦਾ ਨਾ ਹੋਣ ਦੇ ਕਾਰਨ ਨਿਰਾਸ਼ਨ ਅਗਲੀ ਖਬਰ ਪੰਜਾਬ ਦੇ ਵਿੱਚ ਡੀਪ ਖਾਦ ਦੀ ਕਿਲਾਤਾ ਹਾਈ ਕੋਰਟ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ ਆ ਕਣਕ ਦੇ ਫਸਲ ਦੇ ਲਈ ਮਹੱਤਵਪੂਰਨਾ ਡਾਈਮੋਨੀਆਮਾ ਫਾਸਫੇਟਾ ਡੀਪੀ ਖਾਦ ਦੇ ਘਾਟ ਦੇ ਕਾਰਨ ਪੈਦਾ ਹੋਏ ਸੰਕਟ ਦੇ ਸਬੰਧੀ ਹਾਈ ਕੋਰਟ ਦੇ ਵਿੱਚ ਧਾਇਰ ਜਨਹਿਤਾ ਪਾਰਟੀਸ਼ਨ ਤੇ ਹਾਈ ਕੋਰਟ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਾਗਾ ਦੱਸਦੇ ਕਿ ਪਾਰਟੀਸ਼ਨ ਕਰਤਾਨੇ ਹਾਈ ਕੋਰਟ ਨੂੰ ਦੱਸਿਆ ਕਿ ਹੜ ਦੇ ਫਸਲ ਦੇ ਲਈ 5.5 ਲੱਖ ਮੀਟਰਕਾ ਟਨ ਖਾਦ ਦੀ ਲੋੜ ਹੁੰਦੀ ਆ ਪਰ ਹੁਣ ਤੱਕ ਸਰਪਾ 110000 ਮੀਟਰ ਦਾ ਟਾਂਹੀ ਜਾਰੀ ਕੀਤਾ ਗਿਆ ਹੈ ਇਸ ਮਾਮਲੇ ਦੇ ਸਬੰਧੇ ਐਡਵੋਕੇਟ ਆਫ ਹਤੇ ਸੰਘਟ ਲੋ ਨੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਹੜੀ ਦੀ ਫਸਲਾ ਅਕਤੂਬਰ ਦੇ ਅੰਤ ਤੋਂ ਨਵੰਬਰ ਦੇ ਆਧ ਤੱਕ ਬੀਜ ਜਾਣੀਆਂ ਡੀਪੀ ਦੇ ਲੋੜੀ ਦੇ ਸਪਲਾਈ ਤੋਂ ਬਿਨਾ ਪੰਜਾਬ ਦੇ ਵਿੱਚ ਕਣਕ ਦੇ ਪੈਦਾਵਾਰ ਦੇ ਵਿੱਚ ਕਾਫੀ ਕਮੀ ਆਵੇਗੀ ਇਹਦਾ ਸਭ ਤੋਂ ਵੱਡਾ ਅਸਰ ਕਿਸਾਨਾਂ ਤੇ ਪਵੇਗਾ ਜੋ ਕਿ ਆਪਣੀ ਰੋਜੀ ਰੋਟੀ ਦੇ ਲਿਆ ਤੇ ਨਰ ਪਰ ਹਨ ਪੰਜਾਬ ਚੰਡੀਗੜ੍ਹ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ ਪੰਜਾਬ ਚੰਡੀਗੜ੍ਹ ਦੇ ਮੌਸਮ ਨੂੰ ਲੈ ਕੇ ਅਹਿਮ ਖਬਰਾਂ ਸਾਹਮਣੇ ਆ ਰਹੀਆਂ ਹਨ ਦਰਅਸਲ ਗਰਮੀਆਂ ਦੇ ਕਹਿਰ ਤੋਂ ਬਾਅਦ ਅਕਤੂਬਰ ਆ ਮਹੀਨੇ ਦੇ ਵਿੱਚ ਵੀ ਮੌਸਮ ਦੇ ਵਿੱਚ ਕੋਈ ਖਾਸ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਮੌਸਮਾ ਵਿਭਾਗ ਦੇ ਮੁਤਾਬਕ ਪੰਜਾਬ ਦੇ ਵਿੱਚ ਥੋੜੀ ਜਿਹੀ ਬਾਰਿਸ਼ ਦਾ ਇੰਤਜ਼ਾਰ ਕਰਨਾ ਪਵੇਗਾ ਦਸ ਦੇਕੇ ਬੀਤੇ ਦਿਨ ਅਮਰਾਸਰ ਪਠਾਨਕੋਟ ਤੇ ਗੁਰਦਾਸਪੁਰ ਦੇ ਵਿਚ ਜਮੀ ਦੇ ਸੰਭਾਵਨਾ ਸੀ ਪਰ ਮੀਂਹ ਨਹੀਂ ਪਿਆ ਹੁਣ ਅਗਲੇ ਇੱਕ ਹਫਤੇ ਤੱਕ ਕਿਤੇ ਵੀ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਇਸ ਦਿਨ ਨਾਲ ਹੀ ਪੰਜਾਬ ਦੇ ਪ੍ਰਦੂਸ਼ਣ ਦੇ ਵਿੱਚ ਵੀ ਕਾਜਾ ਸੁਧਾਰ ਦੇਖਣ ਨੂੰ ਮਿਲਿਆ ਹੈ ਬਹੁਤੇ ਸ਼ਰਨ ਵਿੱਚ ਹਵਾ ਪ੍ਰਦੂਸ਼ਣ 200 ਤੋਂ ਵੀ ਘੱਟ ਸੀ ਪਰ ਚੰਡੀਗੜ੍ਹ ਦੇ ਵਿੱਚ ਹਾਲੇ ਵੀ ਹਾਲਾਤ ਖਰਾਬਨ ਤੇ ਇੱਥੇ ਆਸਤਾ ਪਰ ਦੂਸ਼ਣ 200 ਨੂੰ ਪਾਰ ਕਰਕੇ 206 ਤੱਕ ਪਹੁੰਚ ਗਿਆ ਤੇ ਦੱਸਦੇ ਕਿ ਦੀਵਾਲੀ ਦੇ ਤਿਹਾੜ ਦੇ ਮੌਕੇ ਪਟਾਕਿਆਂ ਦੇ ਕਾਰਨ ਵਾਤਾਵਰਨ ਪ੍ਰਦੂਸ਼ਤਾ ਹੋ ਗਿਆ ਤੇ ਜਿਸ ਦੇ ਕਾਰਨ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਵਿੱਚ ਦੀਵਾਲੀ ਔਰ ਸਵਰਾ ਰਾਤ ਦਾ ਹੁਣ ਦੀਆਂ ਖਬਰਾਂ ਤੇ ਵਿਰੋਧੀ ਧਿਰ ਦਾ ਸਪਸ਼ਟਿਕਰਨ। ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਕੈਨੇਡਾ ਦੇ ਸੰਸਦ ਦੇ ਵਿੱਚ ਦੀਵਾਲੀ ਮਨਾਉਣ ਦੇ ਪ੍ਰੋਗਰਾਮ ਨੂੰ ਰੱਦ ਕਰਨ ਦੀ ਖਬਰਾਂ ਝੂਠੀਆ ਵਿਵਰਤੀਕਰ ਦੇ ਨੇਤਾ ਪੀਆਰਾ ਪੋਲੀਵਾਰੇ ਦੇ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਦਿਵਾਲੀ ਦਾ ਜਸ਼ਨ ਨਰਦਾਰਤਾ ਪ੍ਰੋਗਰਾਮ ਦੇ ਅਨੁਸਾਰ ਹੀ ਮਨਾਇਆ ਜਾਵੇਗਾ ਬਿਆਨ ਦੇ ਵਿੱਚ ਕਿਹਾ ਗਿਆ ਕਿ ਦਿਵਾਲੀ ਦੇ ਜਸ਼ਨਾਂ ਨੂੰ ਰੱਦ ਕਰਨ ਦੀ ਖਬਰ ਬਿਲਕੁਲ ਗਲਤ ਹੈ ਫੈਸਟੀਵਲ ਕੰਜ਼ਰਵੇਟਿਵ ਕੌਕਸ ਦੁਆਰਾ ਆਯੋਜਿਤ ਕੀਤਾ ਜਾਵੇਗਾ ਹਾਲਾਂਕਿ ਇਤਿਹਾਰ ਦੇ ਪ੍ਰੋਗਰਾਮ ਦੇ ਸਮੇਂ ਦੇ ਵਿੱਚ ਮੰਬੂਲੇ ਤਬਦੀਲੇ ਕੀਤੇ ਗਿਆ ਦਿਵਾਲੀ ਅਤੇ ਬੰਦੀ ਸ਼ੋਰ ਦਾਇਵਸਾ ਦੱਕਣੀ ਇਹ ਸੇ ਮੂਲ ਦੇ ਲੋਕਾਂ ਦੇ ਨਾਲ ਮਨਾਇਆ ਜਾਵੇਗਾ ਮੋਬਾਈਲ ਯੂਜ਼ਰਾਂ ਨੂੰ ਲੈ ਕੇ ਆਈ ਅਹਿਮ ਵੱਡੀ ਖਬਰ ਮੋਬਾਈਲ ਯੂਜ਼ਰ ਦੇ ਅਹਿਮ ਵੱਡੀ ਖਬਰ ਅਰਸਲਾ ਮੈਂ ਸਜਾ ਤੇ ਫੋਨ ਕਾਲਾਂ ਦੇ ਲੋਕਾਂ ਨੂੰ ਧੋਖਾ ਦੇਣ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਟੈਲੀਕਮ ਆਪਰੇਟਰਾਂ ਨੂੰ ਨਵੇਂ ਦੇਸ਼ ਨਿਰਦੇਸ਼ ਜਾਰੀ ਕੀਤੇ ਹਨ ਤੇ ਹੱਦ ਦੇ ਜਰੀਏ ਸਮਾ ਯੂਜ਼ਰ ਦਾ ਡਾਟਾ ਸੁਰੱਖਤ ਰੱਖਿਆ ਜਾ ਸਕਦਾ ਹੈ ਜਾਣਕਾਰ ਦੇ ਮੁਤਾਬਕ ਟਰਾਈ ਨੇ ਫਰਜੀ ਕਾਲ ਅਤੇ ਮੈਸੇਜ ਤੇ ਰੋਕ ਲਗਾਉਣ ਦੇ ਲਈ ਨਵੇਂ ਨਿਯਮ ਜਾਰੀ ਕੀਤੇ ਹਨ ਇਹ ਨਿਯਮ ਇੱਕ ਨੰਬਰ ਤੋਂ ਲਾਗੂ ਹੋ ਸਕਦੇ ਹਨ ਤੇ ਇਹਨਾਂ ਨਿਯਮਾਂ ਦੇ ਤਹਿਤ ਟੈਲੀਕਮ ਆਪਰੇਟਰਾਂ ਯੂਜ਼ਰ ਦੇ ਪੂਨ ਤੇ ਆਉਣ ਵਾਲੀ ਹਰ ਇੱਕ ਕਾਲ ਅਤੇ ਮੈਸੇਜ ਦੀ ਜਾਂਚ ਕਰਨਗੇ ਤੇ ਉਸ ਤੋਂ ਬਾਅਦ ਕੀਵਰਡਸ ਦੁਆਰਾ ਫਰਾਡ ਨੰਬਰ ਦੀ ਪਛਾਣ ਕੀਤੀ ਜਾਵੇਗੀ ਤੇ ਉਹਨਾਂ ਨੂੰ ਬਲਾਕ ਕੀਤਾ ਜਾਵੇਗਾ ਜੇਕਰ ਕੋਈ ਯੂਜ਼ਰ ਫਰਜੀ ਕਾਲ ਅਤੇ ਮੈਸੇਜ ਦੀ ਸ਼ਿਕਾਇਤ ਕਰਦਾ ਤਾਂ ਟੈਲੀਕਮ ਆਪਰੇਟਰਾਂ ਦੇ ਵੱਲੋਂ ਉਹਨਾਂ ਨੰਬਰਾਂ ਨੂੰ ਤੁਰੰਤ ਬਲਾਕ ਕਰ ਦਿੱਤਾ ਜਾਵੇਗਾ। ਸੀਯਮਾ ਨਾਇਵਲ ਸੰਘਾ ਸਣੀਨਾਕੇ ਸੰਨ ਦਾ ਕਰਜ਼ਾ ਮਾਫ ਕਰਨ ਦਾ ਕੀਤਾ ਵੱਡਾ ਐਲਾਨ। ਤਾਂ ਦੋਸਤੋ ਹਰਿਆਣਾ ਦੇ ਮੌੱਖ ਮੰਤਰੀ ਨਾਇਵਲ ਸੰਘਾ ਸਣੀਨਾਕਰੂ ਕੁ ਖੇਤਰ ਦੇ ਵਿੱਚ ਹੈ ਕਿਸਾਨਾਂ ਦੇ ਲਈ ਵੱਡਾ ਐਲਾਨ ਕੀਤਾ ਮੌੱਖ ਮੰਤਰੀ ਨੇ ਕਿਸਾਨਾਂ ਦਾ x33 ਕਰੋੜਾ 55 ਲੱਖ ਰੁਪਏ ਤੱਕ ਦਾ ਕਰਜ਼ਾ ਮਾਫ਼ ਕਰਨ ਦਾ ਵੱਡਾ ਐਲਾਨ ਕੀਤਾ ਗਿਆ ਹੈ। ਉਹਨਾਂ ਨੇ ਕਹਿ ਕੇ ਕਿ ਸਾਨੂੰ ਪੁਰਾਣੇ ਬੰਦ ਪਏ ਟਿਊਬਲਾਂ ਨੂੰ ਮੜਾ ਚਾਲੂ ਕਰਨ ਦੇ ਵਿੱਚ ਹੁਣ ਕੋਈ ਦਿੱਕਤ ਨਹੀਂ ਆਵੇਗੀ। ਉਹਨਾਂ ਨੇ ਕਹਿ ਕੇ ਹੁਣ ਸਰਕਾਰ ਸੁਵਿਧੀਆਂ ਸਾਰੀਆਂ ਫਸਲਾਂ ਘਟੂ ਘੱਟ ਸਮਰਥਨ ਮੁੱਲ ਤੇ ਖਰੀਦੇਗੀ। ਉਹਨਾਂ ਨੇ ਕਹਿ ਕੇ ਕਾਂਗਰਸ ਨਵੀਂ ਤਕਨੀਕ ਦੇ ਵਰਤੋਂ ਕਰਕੇ ਝੂਠਾ ਫਲਾਕੇ ਸਰਕਾਰ ਬਣਾਉਣਾ ਚਾਹੁੰਦੇ ਆ ਲੋਕਾਂ ਨੂੰ ਸੁਰੱਖਤ ਰਹਿਣਾ ਪਵੇਗਾ ਚੋਣਾਂ ਦੇ ਲੈਫਟਿੰਗ ਤੇ ਕੇਂਦਰਾ ਤੇ ਪੰਜਾਬ ਸਰਕਾਰ ਦੇ ਵੱਡੇ ਮੀਟਿੰਗ ਪੰਜਾਬ ਦੇ ਵਿੱਚ ਚੋਣ ਦੇ ਲੈਫਟਿੰਗ ਦਾ ਮੁੱਦਾ ਗਰਮਾਇਆ ਹੋਇਆ ਤੇ ਇਸ ਮਾਮਲੇ ਦੇ ਸਬੰਧੇ ਅੱਜ ਵੀਰਵਾਰ ਕੇਂਦਰਾ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਇਕੱਠਾ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਦੌਰਾਨ ਦੋਵੇਂ ਪਾਸਿਆਂ ਤੋਂ ਇਸ ਮੁੱਦੇ ਤੇ ਰਣਨੀਤੀ ਬਣਾਈ ਜਾਵੇਗੀ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੇ ਸਖਤ ਨਾਤੇ ਅਕਤੂਬਰ ਨੂੰ ਇਸ ਮਾਮਲੇ ਦੇ ਨਾਲ ਜੁੜੇ ਪਾਰਟੀਸ਼ਨ ਤੇ ਸੁਣਵਾਈ ਕਰਦਿਆ ਹਾਈ ਕੋਰਟ ਅੱਦਵਲੋ ਕਿਹਾ ਗਿਆ ਸੀ ਕਿ ਇਸ ਮੁੱਦੇ ਨੂੰ ਆਪਸੀ ਸਹਿਮਤੀ ਦੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ ਇਹ ਮਾਮਲਾ ਪੂਰੇ ਪੰਜਾਬ ਦੇ ਨਾਲ ਸੰਬੰਧਿਤ ਹੈ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਚੋਣ ਦੇ ਲੈਫਟਿੰਗ ਦੇ ਮੁੱਦੇ ਨੂੰ ਲੈ ਕੇ ਪੰਜਾਬ ਅਤੇ ਕੇਂਦਰਾ ਸਰਕਾਰ ਦੇ ਦਰਮਿਆਨ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਤੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪੂਰੀ ਟੀਮ ਦੇ ਨਾਲ ਦਿੱਲੀ ਗਏ ਸਨ ਤੇ ਉੱਥੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ ਦੇ ਅਗਵਾਈ ਹੇਠਾਂ ਮੀਟਿੰਗਾਂ ਕੀਤੀ ਗਈ ਜਿਸ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤਾ ਸੰਗਮ ਬਿੱਟੂ ਵੀ ਮੌਜੂਦ ਸਨ ਇਸ ਤੋਂ ਇਲਾਵਾ ਸੀਮਾ ਪਗਵਾਨ ਤਮਾਨ ਨੇ ਇਹ ਮਾਮਲਾ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੋਲ ਵੀ ਉਠਾਇਆ ਤੇ ਇਲਜ਼ਾਮ ਹੈ ਕਿ ਪਹਿਲਾਂ ਹੀ ਖਰੀਦੇ ਚੌਲ ਸਾਇਲਰ ਦੇ ਵਿੱਚ ਪਏ ਹੁੰਦੇ ਜਿਹਦੇ ਕੇਂਦਰ ਸਰਕਾਰ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਇਸ ਕਾਰਨ ਇਹ ਸਮੱਸਿਆ ਹੁਣ ਪੈਦਾ ਹੋ ਰਹੀ ਹੈ ਤੇ ਉਸ ਦਿਨ ਵਾਲੀ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਮਾਰਚ ਤੋਂ ਹੁਣ ਤੱਕ ਕੇਂਦਰ ਨੂੰ 15 ਪੱਤਰ ਵੀ ਲਿਖ ਚੁੱਕਿਆ ਪਰ ਇਹਦੇ باوجود ਹੁਣ ਤੱਕ ਚੋਣ ਦੇ ਲੈਫਟਿੰਗਾ ਨਹੀਂ ਹੋ ਪਾਈ